जिला तरनतारण के पिंड जोड़े विखे एक भरा वालों अपने ही भरा दा मोटर दे पानी नूं लैके तेजधार हथियारां नाल कतल कर देण दा मामला सामने आया है। घटना तो बाद इलाके दे विच सनसनी फैल गई है ते घटना नूं अंजाम देण वाला उक्त आरोपी फरार हो गया है। अजिहा दस्सिया जा रहा है कि घटना स्थान ते पहुंची पुलिस ने मृतक व्यक्ति की लाश पोस्टमार्टम दे लई सिविल हस्पताल तरनतारण भेज दिती है ਅਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਇਸ ਪੂਰੇ ਮਾਮਲੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਬਲਵਿੰਦਰ ਕੌਰ, ਕੀ ਗੱਲਬਾਤ ਹੋਈ ਹੈ? ਗੱਲਬਾਤ ਜਾਂ ਕਲਸ਼ਾਂ ਦੇ ਹੈਗੇ ਸੀ, ਲੜਾਈ ਹੋ ਗਈ ਇੱਥੇ ਖੇਤਾਂ ਵਿੱਚ, ਕਲਸ਼ਨ ਮੰਗਦੇ ਹਾਂ ਅਸੀਂ ਆਪਦਾ। ਕਿੰਨਾ ਨਾਲ ਲੜਾਈ ਹੋਈ ਆ? ਗੁਰਬਚਨ ਸਿੰਘ ਭਰਾ ਜਹੇਦਾਰ ਦਾ, ਜਵੜਾ ਰਤਨ ਸਿੰਘ ਦਾ। ਅਤੇ ਹੁਣ ਕੀ ਹੋਇਆ ਲੜਾਈ ਹੋਣ ਤੋਂ ਬਾਅਦ? ਲੜਾਈ ਹੋਣ ਤੋਂ ਬਾਅਦ ਉਹਦਾ ਸੱਟ ਜ਼ਿਆਦਾ ਲਾਤੀ, ਉਹਦੀ ਡੈਥ ਹੋ ਗਈ ਆ। ਇਹ ਸੰਬੰਧ ਕਰ ਰਹੇ ਹਾਂ, ਸਾਡੀ ਕਾਰਵਾਈ ਸੁਣਾਉਣੀ ਚਾਹੀਦੀ। ਗੁਰਬਚਨ ਸਿੰਘ ਜੀ ਰਤਨ ਸਿੰਘ ਦੇ ਭਰਾ ਸੀ? ਹਾਂਜੀ, ਅਤੇ ਜਵਾਈ ਵੀ ਨਾਲ ਸੀ ਉਹਦੇ। ਕਿੰਨੇ ਜਾਣੇ ਸੀ ਉਹ? ਉਹਦੇ ਨਾਲ ਤਾਂ ਹੈਗੇ 20-25 ਜਾਣੇ। ਜਿਨ੍ਹਾਂ ਨੇ ਸੱਟਾਂ ਲਾਈਆਂ ਉਹ ਕਿੰਨੇ ਕੁ ਜਾਣੇ? ਉਹ 4-5 ਜਾਣੇ ਹੈਗੇ, ਜਵਾਈ ਸੀ ਦੋ। ਪੰਜ ਪਤਾ ਉਹਨਾਂ ਦਾ ਨਾਂ ਪਤਾ ਕੀ ਕੀ ਆ? ਹਾਂਜੀ, ਮੁੰਡਿਆਂ ਦਾ ਨਾਂ, ਉਹਨਾਂ ਦੇ ਪਿਓ ਦਾ ਨਾਂ ਗੁਰਭਚਨ ਸਿੰਘ, ਉਹਦਾ ਮੁੰਡੇ ਵੱਡੇ ਦਾ ਨਾਂ ਭੇਜਾ, ਨਿੱਕੇ ਦਾ ਨਾਂ ਕਿਸ਼ਤਰ ਆ, ਅਤੇ ਇੱਕ ਦਾ ਨਾਂ ਜਵਾਈ ਦਾ ਨਾਂ ਪੰਜਾਬ ਆ, ਦੂਜੇ ਦਾ ਨਾਂ ਸੱਤਾ ਹੈ, ਦਿਆਲਪੁਰੇ ਦਾ। ਕੀ ਮੰਗ ਕਰਦੇ ਤੁਸੀਂ? ਹਾਂਜੀ, ਸਾਨੂੰ ਸਾਥ ਦੇਣਾ ਚਾਹੀਦਾ। ਭਾਜੀ ਕੀ ਨਾਂ ਅਤੇ ਕੌਣ, ਕੀ ਗੱਲਬਾਤ ਹੋਈ ਜੀ? ਗੱਲਬਾਤ ਕਨੈਕਸ਼ਨ ਦਾ, ਦੋਵਾਂ ਭਰਾਵਾਂ ਦਾ ਝਗੜਾ ਸੀ, ਪਰ ਇਹ ਪਚਾਈਤਾਂ ਭਾਉਂਦੇ ਰਹੀਆਂ, ਪਰ ਨਹੀਂ ਵੀ ਆ, ਉਹ ਆਪਦਾ ਹਿੱਸਾ ਮੰਗਦਾ ਸੀ ਕਿ ਕਨੈਕਸ਼ਨ ਦਾ ਮੈਨੂੰ ਹਿੱਸਾ ਮਿਲੀ। ਪਾਣੀ ਲਾਉਣ ਗਏ ਆ, ਪਾਣੀ ਲਾਉਣ ਗਿਆ ਨੂੰ ਉੱਥੇ ਇਹਨਾਂ ਨੇ ਰਲ ਕੇ ਪੰਜਾਂ ਜਣਿਆਂ ਨੇ ਇਹਨਾਂ ਕਤਲ ਕਰਤਾ, ਸਿਰ ਦੇ ਵਿੱਚ ਕੌੜੀ ਮਾਰੀ ਆ। ਕੀ ਮੰਗ ਕਰਦੇ ਹੋ? ਅਸੀਂ ਇਨਸਾਫ਼ ਚਾਹੁੰਦੇ ਹਾਂ ਕਿ ਜੋ ਵੀ ਬਣਦੀ ਕਾਰਵਾਈ ਉਹਨਾਂ ਨੇ ਕੀਤੀ ਜਾਵੇ, ਸਾਨੂੰ ਸਾਡਾ ਹੱਕ ਦਿਵਾਇਆ ਜਾਵੇ, ਗਾਂ ਬੱਚਿਆਂ ਨੂੰ ਇਹਨਾਂ ਦਾ ਹੱਕ ਜੋ ਬਣਦਾ ਉਹਨਾਂ ਨੂੰ ਦਿਵਾਇਆ ਜਾਵੇ। ਸਰ ਕੀ ਗੱਲਬਾਤ ਹੋਈ ਅੱਜ ਜੋੜੇ ਪਿੰਡ ਮਰਡਰ ਹੋਇਆ, ਕੀ ਮਸਲਾ ਹੈ ਸਰ, ਕੀ ਕਰੋਗੇ ਤੁਸੀਂ? ਇਹ ਜੀ, ਕੱਲ੍ਹ 1 ਵਜੇ 2 ਭਰਾ ਨੇ, ਸਰਦਾਰ ਰਤਨ ਸਿੰਘ ਅਤੇ ਗੁਰਭਜਨ ਸਿੰਘ, ਪੁੱਤਰ ਹੈਗੇ ਆ ਦਲੀਪ ਸਿੰਘ, ਦੋ ਭਰਾ ਸਕੇ ਇਹਨਾਂ ਦਾ, ਕੋਈ ਜ਼ਮੀਨ ਦਾ 2-2 ਕਿੱਲੇ ਜ਼ਮੀਨ ਇਹਨਾਂ ਦੀ, ਅਤੇ ਜਿਹੜਾ ਰਤਨ ਸਿੰਘ ਆ ਉਹਨੂੰ ਜ਼ਮੀਨ ਬੰਬੀ ਤੋਂ ਸਾਈਡ 'ਤੇ ਦਿੱਤੀ ਆ, ਅਤੇ ਬੰਬੀ ਦਾ ਪਾਣੀ ਵੀ ਜਿਹੜਾ ਗੁਰਭਜਨ ਸਿੰਘ ਨਹੀਂ ਸੀ ਦਿੰਦਾ, ਇਸ ਕਰਕੇ ਇਹਨਾਂ ਦਾ ਕੱਲ੍ਹ ਝਗੜਾ ਹੋਇਆ ਜ਼ਮੀਨ ਦੇ ਵਿੱਚ। ਅਤੇ ਜਿਹੜਾ ਗੁਰਭਜਨ ਸਿੰਘ ਪਾਰਟੀ ਵੱਲੋਂ ਰਤਨ ਸਿੰਘ ਦੇ ਸਿਰ ਦੇ ਵਿੱਚ ਸੱਟ ਮਾਰੀ ਗਈ ਆ, ਜਿਹਨਾਂ ਦੀ ਡੈਥ ਹੋ ਗਈ ਆ, ਅਤੇ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 269 ਮਿਤੀ 10/11/1920 ਜੁਰਮ 302 ਦੇ ਤਹਿਤ ਦਰਜ ਹੋਇਆ ਜੀ, ਅਤੇ ਲਾਸ਼ ਦਾ ਪੋਸਟਮਾਰਟਮ ਹੋ ਰਿਹਾ, ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਗੇਟ ਕੀਤਾ ਗਿਆ। ਸਰ ਕਿੰਨੇ ਦੋਸ਼ੀਆਂ ਖਿਲਾਫ਼ ਜਿਹੜੀ ਆ ਫਸੇ ਦਰਜ? ਇਹ ਪੰਜ ਜਿਹੜੇ ਆ ਬਾਈ ਨੇਮ ਨੇ ਜੀ, ਅਤੇ 4-5 ਅਣਪਛਾਤੇ। ਠੀਕ ਹੈ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।